ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਆਪਣਾ? ਨਾਮ ਸੋਨੀ, ਪਿੰਡ ਦਲੇਰ ਵਾਲਾ, ਜ਼ਿਲ੍ਹਾ ਮਾਨਸਾ ਜੀ। ਅਤੇ ਆਪਣਾ ਨੰਬਰ ਵੀ ਦੱਸ ਦਿਓ ਜੀ। ਮੋਬਾਈਲ ਨੰਬਰ 9972387983। 9972387983। 87983। ਅਤੇ ਅੱਜ ਆਪਾਂ ਕਿਹੜੇ ਕਿਹੜੇ ਪਸ਼ੂ ਲੈ ਕੇ ਆਏ ਵੀਰੇ? ਅੱਜ ਅਸੀਂ ਲਿਆਏ ਸੀ ਜੀ 12 ਪਸ਼ੂ ਆਪਾਂ ਲੈ ਗਏ ਸੀ। ਠੀਕ ਹੈ। 7 ਗਾਈਆਂ ਸੇਲ ਹੋਈਆਂ, 5 ਬਾਕੀ ਹੈ। 7 ਗਾਈਆਂ ਆਪਣੀਆਂ ਸੇਲ ਹੋ ਗਈਆਂ? ਹਾਂਜੀ, 5 ਬਾਕੀ। 5 ਕਿਹੜੀਆਂ ਕਿਹੜੀਆਂ ਗਾਈਆਂ ਜੀ ਆਪਣੀਆਂ? 5 4 ਇਹ ਖੜੀ, ਇੱਕ ਬੋ। 4 ਆਹ ਖੜੀਆਂ, ਇੱਕ ਆਹ ਵੀ ਆਪਣੀ ਹੈ ਨਾ? ਹਾਂਜੀ, ਇਹ ਵੀ ਆਪਣੀ। ਇੱਕ ਆਹ ਅਤੇ ਇੱਕ ਆਹ ਖੜੀ, 2 ਅੱਗੇ ਖੜੀ। ਅੱਛਾ, 2 ਆਹ ਖੜੀਆਂ। ਹਾਂਜੀ, ਇੱਕ ਇੱਧਰ, ਇੱਕ ਆਹ ਖੜੀ। ਠੀਕ ਹੈ ਜੀ। ਅਤੇ ਹੁਣ ਆਪਾਂ ਨੂੰ ਸਭ ਤੋਂ ਪਹਿਲਾਂ ਇਸ ਗਾਂ ਬਾਰੇ ਦੱਸੋ ਵੀ ਇਹਦੀ ਕੀ ਡਿਟੇਲ ਆ? ਇਹ ਪਹਿਲੇ ਸੂਏ ਆ ਜੀ, 3 ਦਿਨ ਸੂਈ ਨੂੰ, ਅੱਜ 20-22 ਕਿਲੋ ਬੋਲੀ ਤਿਆਰ ਹੈ ਇਹ। ਪਹਿਲੇ ਸੂਏ ਗਾਂ ਹੈ? ਹਾਂਜੀ, ਪਹਿਲੇ ਸੂਏ। 4 ਦਾਂਤ ਆ ਜੀ। 4 ਦਿਨ ਦੀ ਹੈਗੀ ਆ ਪਹਿਲੇ ਸੂਏ, ਅਤੇ ਪਿੱਛੇ ਕੀ ਹੈ? ਬੱਚੀ ਹੈ, ਪਿੱਛੇ ਬੱਚੀ ਆ ਆਹ ਖੜੀ ਹੈ ਨਾ? ਹਾਂਜੀ। ਅਤੇ ਕਿੰਨਾ ਦੁੱਧ ਕਿੰਨਾ ਦੱਸਿਆ ਸੀ ਤੁਸੀਂ ਇਹਦਾ? 20 ਕਿਲੋ ਬੋਲੀ ਤਿਆਰ ਆ ਜੀ। 20 ਕਿਲੋ ਬੋਲੀ ਤਿਆਰ ਹੈ। ਅਤੇ ਕੀ ਮੁੱਲ ਮੰਗਦੇ ਹੋ ਬਾਈ ਜੀ ਇਹਦਾ? ਮੁੱਲ ਤਾਂ 75,000 ਹੈ। 75,000 ਰੁਪਇਆ ਮੁੱਲ ਮੰਗਦੇ? ਤੋਰ ਕੇ ਵਿਖਾਓਗੇ ਉਹਨੂੰ ਮਾੜੀ ਜੀ? ਦਲੀਆ ਤੋਰੀ ਹੋਏ। ਲਓ ਜੀ, ਪਹਿਲੇ ਸੂਏ ਇਹ ਗਾਂ ਹੈ, ਅਤੇ 20-22 ਲੀਟਰ ਬਾਈ ਜੀ ਹੋਈ, ਕਹਿੰਦੇ ਵੀ ਦੁੱਧ ਆ, ਮਗਰ ਬੱਚੀ ਆ। ਅਤੇ ਕਿੰਨਾ ਮੁੱਲ ਕਿਹਾ ਸੀ ਬਾਈ ਜੀ ਤੁਸੀਂ? 75,000। 75,000 ਰੁਪਇਆ ਮੁੱਲ ਮੰਗਦੇ। ਅਤੇ ਹੁਣ ਆਪਾਂ ਤੁਹਾਨੂੰ ਤੋਰ ਕੇ ਵਿਖਾਵਾਂਗੇ ਵੀ ਤੁਹਾਡੀ ਤਸੱਲੀ ਹੋ ਸਕੇ। ਬਾਕੀ ਬਾਈ ਜੀ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ 'ਤੇ ਮਿਲ ਜਾਣਾ, ਤੁਸੀਂ ਕਦੋਂ ਵੀ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਉਹਨਾਂ ਤੋਂ। ਅਤੇ ਬਾਕੀ ਤੋਰੇ ਤੋਂ ਤਸੱਲੀ ਹੋ ਜਾਂਦੀ ਹੈ, ਨਾਲੇ ਫੋਨ ਕਰਕੇ ਨਿਰਖ ਕਰਕੇ ਫੇਰ ਹੀ ਪਸ਼ੂ ਲੈ ਕੇ ਜਾ। ਦੂਜੇ ਸੂਏ ਇਹ ਗਾਂ ਅਤੇ 22 ਲੀਟਰ ਦੁੱਧ। ਠੀਕ ਹੈ ਜੀ। ਅਤੇ ਬਾਈ ਜੀ ਆਪਣਾ ਅਗਲਾ ਪਸ਼ੂ ਹੁਣ ਕਿਹੜਾ? ਜੇ ਫਸਟ ਮੈਂ। ਅੱਛਾ, ਇਹ ਆਪਣਾ ਹੁਣ ਅਗਲੀ ਗਾਂ ਹੈ ਨਾ? ਅਤੇ ਇਹਦੀ ਕੀ ਡਿਟੇਲ ਹੈ ਜੀ? 99 ਸੂਏ ਇਹ ਗਾਂ? ਪਹਿਲੇ ਸੂਏ ਵੀ ਜੀ, 2 ਦਾਂਤ ਹੈ। ਪਹਿਲੇ ਸੂਏ ਗਾਂ ਇਹ, 2 ਦੰਦੀ ਆ। ਹਾਂਜੀ। ਅਤੇ ਮਗਰ ਕੀ ਹੈ ਜੀ ਇਹਦੇ? ਇਹਦਾ ਗੱਭਣ ਹੈ ਜੀ। ਇਹ ਗੱਭਣ ਆ? ਹਾਂ, 10 ਦਿਨ ਬਾਕੀ ਹੈ। ਹਾਂ, 10 ਦਿਨ ਬਾਕੀ ਹੈ। 10 ਦਿਨ ਬਾਕੀ ਆ। ਹਾਂਜੀ। ਅਤੇ ਕਿੰਨਾ ਮੁੱਲ ਆਪਾਂ ਕੀ ਮੰਗਦੇ ਹਾਂ ਜੀ ਇਹਦਾ? ਇਹਦਾ ਮੁੱਲ 70,000 ਹੈ। ਦੁੱਧ ਕਿੰਨਾ ਕੁ ਹੋਊਗਾ ਫਿਰ ਵੀ ਇਹਦੇ ਪਿੱਛੇ ਵੀ ਅੰਦਾਜ਼ਾ ਲਾਈਏ ਤਾਂ? ਇਹ ਵੀ ਕਰ ਦੂ 20-25 ਕਿਲੋ ਦੁੱਧ। 20-25 ਲੀਟਰ ਦੁੱਧ ਹੋਊਗਾ। ਹਾਂਜੀ। ਅਤੇ ਆਪਾਂ ਕੀ ਮੁੱਲ ਕੀ ਮੰਗਦੇ ਹਾਂ ਜੀ ਇਹਦਾ? ਇਹ 70। 70,000 ਰੁਪਇਆ ਮੁੱਲ ਹੈ, ਅਤੇ ਬਾਕੀ ਮਾਣ ਤਾਨ ਹੋ ਜੂਗਾ ਹੈ ਨਾ? ਹਾਂਜੀ, ਮੌਕੇ 'ਤੇ ਹੋ ਜੂ। ਇਹ ਵੀ ਆਪਾਂ ਤੁਹਾਨੂੰ ਤੋਰ ਕੇ ਵਿਖਾਵਾਂਗੇ। ਲਓ ਜੀ, ਜਿਹੜੀ ਤੁਸੀਂ ਹੁਣ ਆਹ ਗਾਂ ਵੇਖੀ ਜਾਂਦੇ ਹੋ, ਪਹਿਲੇ ਸੂਏ ਇਹਨੇ ਸੂਣਾ, 20-22 ਦਿਨ ਇਹ ਲਊਗੀ। 20-22 ਦਿਨ ਕਿਹਾ ਨਾ ਬਾਈ ਤੁਸੀਂ? ਹਾਂ, 20 ਦਿਨ। ਅਤੇ 25 ਲੀਟਰ ਬਾਈ ਜੀ ਕਹਿੰਦੇ ਵੀ ਇਹਦੇ ਥੱਲੇ ਦੁੱਧ ਹੋਊਗਾ। ਅਤੇ ਬਾਕੀ ਤੁਸੀਂ ਫੋਨ ਕਰਕੇ ਵੀਰ ਜੀ ਨੂੰ ਡਿਟੇਲ ਲੈ ਸਕਦੇ ਹੋ। ਅਤੇ ਇਹਦਾ ਮੁੱਲ ਕੀ ਦੱਸਿਆ ਸੀ ਵੀਰੇ ਆਪਾਂ? 85,000 ਰੁਪਇਆ ਡਿਮਾਂਡ ਹੈ। ਅਤੇ ਬਾਕੀ ਮੌਕੇ 'ਤੇ ਲੈਣ ਦੇਣ ਹੋ ਜੂਗਾ ਗਾਂ ਨੂੰ, ਤੁਸੀਂ ਫਰੰਟ ਤੋਂ ਵੀ ਦੇਖ ਸਕਦੇ ਹੋ। 20-22 ਦਿਨ ਲਊਗੀ, 2 ਦਿਨ ਦੀ ਇਹ ਗਾਂ, ਪਹਿਲੇ ਸੂਏ ਹਜੇ ਸੂਣਾ ਹੈ ਨੀ। ਠੀਕ ਹੈ ਵੀਰੇ। ਅਤੇ ਅਗਲਾ ਆਪਣਾ ਕਿਹੜਾ ਪਸ਼ੂ ਹੈ ਵੀਰੇ? ਜੇ ਹਰ ਸ਼ਹਿਰ ਹੈ। ਹਾਂਜੀ, ਹੈਰ ਸ਼ਹਿਰ ਹੈ, ਸੈਕਿੰਡ ਵਿਆਹ ਤਾਂ ਮੈਂ। ਠੀਕ ਹੈ ਜੀ। ਦੂਜੇ ਸੂਏ ਵਿਆਹੂਗੀ? ਦੂਜੇ ਸੂਏ ਸੂਹਣਾ ਹਜੇ ਨੇ। ਹਾਂ, ਦੂਜੇ ਸੂਏ ਸੂਹਣਾ। ਲਓ ਜੀ, ਗਾਂ ਤੁਸੀਂ ਵੇਖ ਸਕਦੇ ਹੋ, ਡੱਬੀ ਗਾਂ ਇਹ, HF ਵੀਰੇ, ਹੈਰ ਸ਼ਹਿਰ ਹੈਰ ਸ਼ਹਿਰ ਗਾਂ ਇਹ। ਅਤੇ ਦੂਜੇ ਸੂਏ ਇਹਨੇ ਸੂਹਣਾ। ਕਿੰਨੇ ਲੀਟਰ ਦੁੱਧ ਹੋਊਗਾ ਬਾਈ ਜੀ ਇਹਦਾ? ਇਹ ਕੱਢੂ 35 ਲੀਟਰ। ਪਹਿਲੇ ਸੂਏ ਕਿੰਨਾ ਦੁੱਧ ਸੀ? ਪਹਿਲੇ ਕੱਢਿਆ 30 ਲੀਟਰ। ਪਹਿਲੇ ਸੂਏ 30 ਲੀਟਰ ਦੁੱਧ ਆਪਾਂ ਕੱਢਿਆ। ਹਾਂਜੀ। ਅਤੇ ਕਿੰਨੇ ਕੁ ਦਿਨ ਲੈ ਜੂਗੀ ਇਹ ਸੂਣ? ਇਹਦੇ 15 ਦਿਨ ਬਾਕੀ ਪਏ। 15 ਦਿਨ ਬਾਕੀ ਆ ਸੂਣ 'ਚ। ਠੀਕ ਹੈ ਜੀ। ਅਤੇ ਇਹਦਾ ਆਪਾਂ ਕੀ ਮੁੱਲ ਮੰਗਦੇ ਹਾਂ? ਇਹਦਾ 85 ਹੈ।
85,000 ਰੁਪਇਆ ਇਹਦਾ ਵੀ ਮੰਗਦੇ ਹਾਂ ਆਪਾਂ। ਠੀਕ ਹੈ ਵੀਰੇ, ਇੰਨੇ ਪਸ਼ੂ ਲਿਆਏ ਸੀ ਆਪਾਂ ਕਿ ਹੋਰ ਵੀ? ਹਾਂਜੀ, ਬਾਕੀ ਹੋ ਗਏ 7 ਪਸ਼ੂ ਸੇਲ ਹੋ ਗਏ। ਠੀਕ ਹੈ, ਇੱਕ ਵਾਰੀ ਆਪਣਾ ਨਾਮ ਐਡਰੈਸ ਇੱਕ ਵਾਰੀ ਫੇਰ ਦੱਸ ਦਿਓ। ਨਾਮ ਸੋਨੀ, ਪਿੰਡ ਦਲੇਵਾਲਾ, ਜ਼ਿਲ੍ਹਾ ਮਾਨਸਾ, ਮੋਬਾਈਲ ਨੰਬਰ 98723 87983। ਠੀਕ ਹੈ ਜੀ, ਅਤੇ ਬਾਈ ਹੋਰਾਂ ਦਾ ਨੰਬਰ ਆਪਾਂ ਤੁਹਾਨੂੰ ਸਕਰੀਨ ਦੇ ਉੱਤੇ ਦੇ ਦਾਂਗੇ ਵੀ ਜਿਹੜੇ ਵੀ ਕਿਸੇ ਵੀਰ ਨੇ ਪਸ਼ੂ ਲੈਣੇ ਹੋਣ, ਖਰੀਦਣੇ ਹੋਣ, ਉਹ ਫੋਨ ਕਰਕੇ ਪੂਰੀ ਤਸੱਲੀ ਕਰਕੇ ਪਸ਼ੂ ਲੈ ਸਕਦਾ। ਅਤੇ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ ਜੀ, ਅਤੇ ਵੀਡੀਓ ਵਧੀਆ ਲੱਗੀ ਤੈਨੂੰ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ ਸਾਰਿਆਂ ਦਾ। ਥੈਂਕ ਯੂ।